ਸ੍ਰੀ ਕਾਲ ਜੀ ਅਸੀਂ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਜੌਬ ਗੁਰੂ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰਾਂ ਜੇਰ ਵਾਰਡਨ ਦਾ ਪਹਿਲਾ ਫਿਜ਼ੀਕਲ ਹੋਇਆ ਜੀ ਪਹਿਲੇ ਡੇ ਦਾ ਪਹਿਲਾ ਹੀ ਦਿਨ ਤੇ ਜੀ ਫਿਜ਼ੀਕਲ ਦਾ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਜੀ ਔਖਾ ਸੀ ਸੌਖਾ ਸੀ ਰੱਸਾ ਕਿਵੇਂ ਚੜਨਾ ਸਾਰੀ ਡਿਟੇਲ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਇਹਦੇ ਇਸੇ ਵੀਡੀਓ ਦੇ ਵਿੱਚ ਠੀਕ ਹੈ ਜੀ ਬੂਟਾ ਨਾਲ ਚੜਨਾ ਹੈ ਕਿ ਆਈਓ ਚੜਨਾ ਹੈ ਸਾਰੀ ਡਿਟੇਲ ਦੇਵਾਂਗੇ ਤੁਹਾਨੂੰ ਤੇ ਸਭ ਤੋਂ ਪਹਿਲਾਂ ਇੱਕ ਮਾਫੀ ਮੰਗਦੇ ਹਾਂ ਜੀ ਅਸੀਂ ਜਿਨ੍ਹਾਂ ਜਿਨ੍ਹਾਂ ਦੇ ਰਿਪਲਾਈ ਨਹੀਂ ਕਰ ਸਕਦੇ ਜੀ ਕਈ ਵਾਰ ਕਈ ਵਾਰ ਟਾਈਮ ਇੰਨਾ ਘੱਟ ਹੁੰਦਾ ਜੀ ਕਮੈਂਟੇ ਬਹੁਤ ਸਾਰੇ ਆ ਜਾਂਦੇ ਨੇ ਜਿਨ੍ਹਾਂ ਵਿੱਚੋਂ ਮੇਨ ਮੇਨ ਦਾ ਦੇਖੋ ਜਿਹੜਾ ਸਾਹਮਣੇ ਆ ਜਾਂਦਾ ਉਹ ਨਾਲ ਦੀ ਰਿਪਲਾਈ ਕਰ ਦਿੰਦੇ ਆ ਠੀਕ ਹੈ ਜੀ ਬਾਕੀ ਮੇਨ ਮੇਨ ਜਰੂਰ ਅਸੀਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਠੀਕ ਹੈ ਜੀ ਬਾਕੀ ਚਲੋ ਆਪਾਂ ਵੀਡੀਓ ਸ਼ੁਰੂ ਕਰ ਇੱਕ ਤੁਹਾਨੂੰ ਐਂ ਦੱਸ ਦਿੰਨੇ ਆ ਜੀ ਰੇਸ ਰੱਸਾ ਚੜ੍ਹਨਾ ਤੇ ਇੱਕ ਗੋਲਾ ਸੁੱਟਣਾ ਇਹ ਤਿੰਨ ਹੋ ਰਹੇ ਨੇ ਜੀ ਫਿਜ਼ੀਕਲ ਦੇ ਵਿੱਚ ਤੁਹਾਨੂੰ ਮਤਲਬ ਸਿਰਫ ਸਭ ਤੋਂ ਪਹਿਲਾਂ ਗੋਲਾ ਸੁੱਟਣਾ ਗੋਲਾ ਸੁੱਟਣਾ ਦੇ ਠੀਕ ਹੈ ਜੀ ਨਿਯਮ ਬਹੁਤ ਬੱਚਾ ਹੈ ਕਿ ਉਹ ਕਰ ਰਹੇ ਨੇ ਉਹਨਾਂ ਨੂੰ ਅੱਜ ਇਹ ਨਿਯਮ ਦੇ ਵਿੱਚ ਫੌਲ ਬਹੁਤ ਕਰ ਰਹੇ ਨੇ ਠੀਕ ਹੈ ਜੀ ਤਿੰਨ ਚਾਂਸੇ ਮਿਲ ਰਹੇ ਨੇ ਤੁਹਾਨੂੰ ਤਾਂ ਇਸ ਕਰਕੇ ਸਭ ਤੋਂ ਪਹਿਲਾਂ ਤੁਸੀਂ ਆਪ ਦਾ ਮੜਾ ਜਾ ਡਿਟੇਲ ਦੇ ਵਿੱਚ ਅੱਜ ਵੀਡੀਓ ਦੇਖੋ ਵੀ ਰੱਸਾ ਛੁੱਟਣਾ ਗੋਲਾ ਛੁੱਟਣਾ ਕਿਵੇਂ ਆਪਾਂ ਸਿੱਟ ਸਕਦੇ ਹਾਂ ਇਹ ਗੋਲਾ ਠੀਕ ਹੈ ਜੀ ਡਿਟੇਲ ਦੇ ਵਿੱਚ ਵੀਡੀਓ ਦੇਖ ਕੇ ਫਿਰ ਉਹਦੇ ਫੌਲ ਨਾ ਕਰੋ ਗੋਲਾ ਛੁੱਟਣ ਤੋਂ ਬਾਅਦ ਜੀ ਉਸ ਤੋਂ ਬਾਅਦ ਰੇਸ ਰੇਸ ਵੀ ਜ਼ਰੂਰੀ ਹੈ ਜੀ ਰੇਸ ਦੇ ਵਿੱਚ ਤੁਹਾਨੂੰ ਮਤਲਬ ਜਿਆਦੇ ਔਖੀ ਨਹੀਂ ਜੀ ਬਹੁਤ ਬੱਚੇ ਰੇਸ ਦੇ ਵਿੱਚ ਹੀ ਰਹ ਰਹੇ ਨੇ ਤਾਂ ਕਰਕੇ ਤੁਸੀਂ ਪ੍ਰੈਕਟਿਸ ਕਰੋ ਵੱਧ ਤੋਂ ਵੱਧ ਠੀਕ ਹੈ ਜੀ ਰੇਸ ਦੀ ਤੇ ਉਸ ਤੋਂ ਬਾਅਦ 3 ਤੇ ਆਗੇ ਜੀ ਰੱਸਾ ਰੱਸਾ ਚੜਨਾ ਹੈ ਕਿ ਵਿਚਦੀ ਨਾ ਬੱਚੇ ਇਹ ਕਹਿ ਰਹੇ ਤੇ ਵੀ ਬੂਟ ਪਾ ਕੇ ਚੜਨਾ ਹੈ ਜਾਂ ਮਤਲਬ ਕਿ ਕਿਸ ਤਰ੍ਹਾਂ ਚੜਨਾ ਹੈ ਆਪਾਂ ਪੈਰਾਂ ਨਾਲ ਦੇਖੋ ਪੈਰਾਂ ਨਾਲ ਆਪਾਂ ਚੜ੍ਹ ਸਕਦੇ ਹਾਂ ਪਰ ਆਪਾਂ ਪੈਰਾਂ ਦੇ ਵਿਚਾਲੇ ਗੁੱਠੇ ਦੇ ਵਿੱਚ ਫਸਾ ਕੇ ਰੱਸਾ ਨਹੀਂ ਚੜ੍ਹ ਸਕਦੇ ਦੋਨਾਂ ਪੈਰਾਂ ਦੇ ਵਿਚਾਲੇ ਦੱਬ ਕੇ ਰੱਸਾ ਉੱਪਰ ਨੂੰ ਹੋ ਸਕਦਾ ਹੈ ਜੀ ਉਹ ਆਪਾਂ ਹੋ ਸਕਦੇ ਹਾਂ ਬਾਕੀ ਬੂਟਾਂ ਨਾਲ ਵੀ ਚੜ੍ਹ ਸਕਦੇ ਹਾਂ ਉਹ ਤੁਹਾਡੀ ਇੱਛਾ ਹੈ ਪਰ ਜਿਸ ਤਰ੍ਹਾਂ ਤੁਹਾਨੂੰ ਪ੍ਰੈਕਟਿਸ ਸਰੀ ਪ੍ਰੈਕਟਿਸ ਕਰੀ ਹੈ ਜੀ ਉਸ ਦੇ ਹਿਸਾਬ ਨਾਲ ਹੀ ਤੁਸੀਂ ਚੜ੍ਹਨਾ ਠੀਕ ਹੈ ਜੀ ਤੇ ਬਾਕੀ ਨਿਊ ਨਿਊ ਅਪਡੇਟ ਆਪਾਂ ਲਿਆਉਂਦੇ ਰਹਿਣਾ ਹੈ ਨਾ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਜੀ ਜੇ ਹੋਰ ਵੀ ਕੋਈ ਕੁਐਸਚਨ ਹੈ ਸਾਨੂੰ ਕਮੈਂਟ ਕਰ ਸਕਦੇ ਹੋ ਧੰਨਵਾਦ ਜੀ